ਸਤਿ ਸ੍ਰੀ ਅਕਾਲ ਜੀ। ਕੈਨੇਡਾ ਨਿਊਜ਼ ਬੁਲੇਟਿਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਨਵੇਂ ਇਮੀਗ੍ਰੇਸ਼ਨ ਨਿਯਮਾਂ ਤੋਂ ਪੈਦਾ ਹੋਇਆ ਡਰ, ਉੱਤਰੀ ਬ੍ਰਿਟਿਸ਼ ਕੋਲੰਬੀਆ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਦੇਣਗੇ ਗਵਾਹ। ਬੀਸੀ ਸਰਕਾਰੀ ਨੌਕਰੀਆਂ ਹੁਣ ਬਿਨਾਂ ਡਿਗਰੀ ਦੇ ਕਰ ਰਹੀਆਂ ਨੇ ਲੋਕਾਂ ਨੂੰ ਭਰਤੀ, ਯੂਨੀਵਰਸਿਟੀ ਦੀ ਡਿਗਰੀ ਦੀ ਨਹੀਂ ਪਵੇਗੀ ਲੋੜ। ਕੈਨੇਡਾ ਸਰਕਾਰ ਨੇ ਲਗਾਈਆਂ ਵੀਜ਼ਾ ਪਾਬੰਦੀਆਂ, ਭਾਰਤ ਤੇ ਪੰਜਾਬ ਸਰਕਾਰ ਨੂੰ ਹੋ ਸਕਦਾ ਵੱਡਾ ਫਾਇਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 16 ਦਸੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, ਕਲੋਵਰਡੇਲ ਅਤੇ ਲੈਂਗਲੀ ਸਿਟੀ ਰਾਈਡਿੰਗ ਲਈ ਹੋਵੇਗੀ ਚੋਣ। ਹੁਣ ਖਬਰਾਂ ਵਿਸਥਾਰ ਦੇ ਨਾਲ। ਨਵੇਂ ਇਮੀਗ੍ਰੇਸ਼ਨ ਨਿਯਮਾਂ ਨੇ ਡਰ ਪੈਦਾ ਕਰ ਦਿੱਤਾ ਹੈ ਕਿ ਉੱਤਰੀ ਬ੍ਰਿਟਿਸ਼ ਕੋਲੰਬੀਆ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਗਵਾ ਦੇਵੇਗਾ। ਜਦੋਂ ਤੋਂ ਸਰਕਾਰ ਨੇ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ, ਉਦੋਂ ਤੋਂ ਕੁਝ ਸੂਬਿਆਂ ਦੇ ਵਿੱਚ, ਕੁਝ ਪ੍ਰਾਂਤਾਂ ਦੇ ਵਿੱਚ ਲੋਕਾਂ ਨੂੰ ਅਤੇ ਰੁਜ਼ਗਾਰਦਾਤਾਵਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਹੁਣ ਉਹਨਾਂ ਦੇ ਕੋਲ ਵਿਦੇਸ਼ੀ ਵਿਦਿਆਰਥੀ ਜਾਂ ਫਿਰ ਉਹ ਕਾਮੇ ਨਹੀਂ ਰਹਿਣਗੇ ਜਿਨ੍ਹਾਂ ਤੋਂ ਘੱਟ ਪੈਸਿਆਂ ਦੇ ਵਿੱਚ ਕੰਮ ਕਰਵਾ ਲੈਂਦੇ ਹੁੰਦੇ ਸੀ। ਸਥਾਨਕ ਨੇਤਾਵਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਪੇਂਡੂ ਉੱਤਰੀ ਭਾਈਚਾਰਿਆਂ ਦੇ ਵਿੱਚ ਨੌਕਰੀਆਂ ਭਰਨ ਦੀ ਕੁੰਜੀ ਹੁੰਦੇ ਨੇ। ਸਾਲਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪ੍ਰਿੰਸ ਜਾਰਜ ਬ੍ਰਿਟਿਸ਼ ਕੋਲੰਬੀਆ ਵਿੱਚ ਕਾਲਜ ਆਫ ਨਿਊ ਕੈਲੀਡੋਨੀਆ ਵਿੱਚ ਵਿਦਿਆਰਥੀ ਸੰਸਥਾ ਦਾ ਇੱਕ ਵੱਡਾ ਹਿੱਸਾ ਬਣਾਇਆ ਹੈ, ਪਰ ਕੈਨੇਡਾ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਤਹਿਤ ਕੈਂਪਸ ਵਿੱਚ ਬਹੁਤ ਸਾਰੇ ਲੋਕ ਹੁਣ ਉੱਤਰ ਵੱਲ ਆਉਣ ਦੇ ਉਹਨਾਂ ਦੇ ਫੈਸਲੇ 'ਤੇ ਸਵਾਲ ਚੁੱਕ ਰਹੇ ਨੇ ਅਤੇ ਸਥਾਨਕ ਕਾਰੋਬਾਰ ਅਤੇ ਕਮਿਊਨਿਟੀ ਲੀਡਰ ਕਰਮਚਾਰੀਆਂ 'ਤੇ ਇੱਕ ਦਸਤਕ ਦੇ ਪ੍ਰਭਾਵ ਬਾਰੇ ਚਿੰਤਿਤ ਨੇ। ਹੋਲੀਨੈਸ ਅਜ਼ੁੰਬਾ, ਜੋ ਕਿ ਨਾਈਜੀਰੀਆ ਤੋਂ ਹੈ, ਉਸਨੇ ਪਿਛਲੇ ਸਾਲ ਸਮਾਜਿਕ ਕਾਰਜਾਂ ਦਾ ਅਧਿਐਨ ਕਰਨ ਲਈ CNC ਦੇ ਵਿੱਚ ਦਾਖਲਾ ਲਿਆ ਸੀ। ਉਹ ਜਲਦੀ ਹੀ ਕੈਂਪਸ ਜੀਵਨ ਨਾਲ ਜੁੜ ਗਈ, ਵਿਦਿਆਰਥੀ ਯੂਨੀਅਨ ਦੇ ਬੋਰਡ ਆਫ ਡਾਇਰੈਕਟਰਸ ਵਿੱਚ ਸ਼ਾਮਿਲ ਹੋ ਗਈ ਤੇ BC ਦੇ ਨਾਲ ਕਾਲਜ ਦੀ ਪ੍ਰਤੀਨਿਧੀ ਬਣ ਗਈ। ਅਜ਼ੁੰਬਾ ਨੇ ਕਿਹਾ ਕਿ ਮੇਰੇ ਕੋਲ ਬਹੁਤ ਸਾਰੀਆਂ ਥਾਵਾਂ ਤੇ ਜਾਣ ਲਈ ਬਹੁਤ ਸਾਰੇ ਆਪਸ਼ਨਸ ਨੇ, ਪਰ ਮੈਂ ਕੈਨੇਡਾ ਨੂੰ ਚੁਣਿਆ ਕਿਉਂਕਿ ਮੇਰਾ ਮੰਨਣਾ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਪ੍ਰਵਾਸੀਆਂ ਦੇ ਹਿੱਤ ਵਿੱਚ ਕੰਮ ਕਰਦਾ ਹੈ। ਪਰ ਗ੍ਰੈਜੂਏਸ਼ਨ ਤੋਂ ਬਾਅਦ ਉਸਦਾ ਭਵਿੱਖ ਹੁਣ ਅਨਿਸ਼ਚਿਤ ਹੈ। 1 ਨਵੰਬਰ ਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵਿੱਚ ਤਬਦੀਲੀਆਂ ਲਾਗੂ ਕਰ ਦਿੱਤੀਆਂ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਤੋਂ ਬਾਅਦ ਵਰਕ ਪਰਮਿਟ ਦੀ ਲੋੜ ਹੁੰਦੀ ਹੈ, ਪਰ ਹੁਣ ਪਬਲਿਕ ਕਾਲਜਾਂ ਤੋਂ ਗ੍ਰੈਜੂਏਟ ਕੇਵਲ ਤਾਂ ਹੀ ਪਰਮਿਟ ਲਈ ਯੋਗ ਹੋਣਗੇ ਜੇਕਰ ਉਹਨਾਂ ਨੇ ਉਹਨਾਂ ਕਿੱਤਿਆਂ ਨਾਲ ਸੰਬੰਧਿਤ ਖੇਤਰਾਂ ਵਿੱਚ ਪੜ੍ਹਾਈ ਕੀਤੀ ਹੈ ਜਿਸ ਵਿੱਚ ਫੈਡਰਲ ਸਰਕਾਰ ਨੇ ਮਜ਼ਦੂਰਾਂ ਦੀ ਘਾਟ ਦੀ ਪਛਾਣ ਕੀਤੀ ਹੈ। ਬੈਚਲਰ, ਮਾਸਟਰਸ ਜਾਂ ਡਾਕਟਰਲ ਡਿਗਰੀਆਂ ਵਾਲੇ ਯੂਨੀਵਰਸਿਟੀ ਗ੍ਰੈਜੂਏਟ ਹਜੇ ਵੀ ਅਧਿਐਨ ਦੇ ਖੇਤਰ ਦੀ ਪਰਵਾਹ ਕੀਤੇ ਬਿਨਾਂ 3 ਸਾਲ ਤੱਕ ਦੇ ਪਰਮਿਟ ਲਈ ਯੋਗ ਨੇ। ਅਜ਼ੁੰਬਾ ਨੇ ਕਿਹਾ ਕਿ ਇਹ ਅਚਾਨਕ ਹੋਇਆ ਹੈ, ਇਹ ਨਿਰਾਸ਼ਾਜਨਕ ਤੇ ਕਠੋਰ ਫੈਸਲਾ ਸੀ, ਇਹ ਅਸਲ ਦੇ ਵਿੱਚ ਕਠੋਰ ਫੈਸਲਾ ਸੀ ਜਿਸ ਕਰਕੇ ਬਹੁਤ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਹੁਣ ਅਸੀਂ ਭਵਿੱਖ ਵਿੱਚ ਕੀ ਕਰਾਂਗੇ। ਇਹ ਤਬਦੀਲੀਆਂ ਉਦੋਂ ਆਈਆਂ ਜਦੋਂ ਕੈਨੇਡਾ ਨੇ ਕੋਵਿਡ ਤੋਂ ਬਾਅਦ ਮਜ਼ਦੂਰਾਂ ਦੀ ਘਾਟ ਦੌਰਾਨ ਅਸਥਾਈ ਵਿਦੇਸ਼ੀ ਕਾਮਿਆਂ ਦੀਆਂ ਪਾਬੰਦੀਆਂ ਨੂੰ ਢਿੱਲਾ ਕਰਨ 'ਤੇ ਵਾਪਸੀ ਕੀਤੀ, ਇੱਕ ਅਜਿਹਾ ਫੈਸਲਾ ਜਿਸ ਨਾਲ ਘੱਟ ਤਨਖਾਹ ਵਾਲੇ ਕਾਮਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਸਤੰਬਰ ਵਿੱਚ ਫੈਡਰਲ ਸਰਕਾਰ ਨੇ 2023 ਤੱਕ ਦੇਸ਼ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ 6.2% ਤੋਂ ਘਟਾ ਕੇ 5% ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਸ ਵਿੱਚ ਟੈਂਪਰੇਰੀ ਫੋਰਨ ਵਰਕਰਸ ਅਤੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਸ਼ਾਮਲ ਹੈ। ਅਜ਼ੁੰਬਾ ਕਹਿੰਦੀ ਹੈ ਕਿ ਭਾਵੇਂ ਉਸਦਾ ਪ੍ਰੋਗਰਾਮ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗਤਾ ਪੂਰੀ ਕਰਦਾ ਹੈ, ਪਰ ਉਹ ਮਹਿਸੂਸ ਕਰਦੀ ਹੈ ਕਿ ਕੈਨੇਡਾ ਹੁਣ ਉਨ੍ਹਾਂ ਸਵਾਗਤਯੋਗ ਨਹੀਂ ਰਿਹਾ ਜਿੰਨਾ ਉਹ ਪਹਿਲਾਂ ਹੁੰਦਾ ਸੀ। ਉਹਨੇ ਕਿਹਾ ਕਿ ਪ੍ਰਵਾਸੀਆਂ ਨੂੰ ਸਿਰਫ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵਰਤਿਆ ਜਾਂਦਾ ਹੈ ਅਤੇ ਹੁਣ ਉਹ ਇਹ ਸਾਰੇ ਸਖ਼ਤ ਨਿਯਮਾਂ ਨੂੰ ਲਾਗੂ ਕਰਨਾ ਚਾਹੁੰਦੇ ਨੇ ਜੋ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣਗੇ। ਅਜ਼ੁੰਬਾ ਮੁਤਾਬਿਕ ਸਰਕਾਰ ਨੇ ਇਹੀ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।
40 ਤੋਂ ਵੱਧ ਦੇਸ਼ਾਂ ਦੇ 1500 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ 2022-23 ਅਕੈਡਮਿਕ ਸਾਲ ਲਈ CNC ਵਿੱਚ ਪੜ੍ਹਨ ਲਈ ਆਏ। ਕੁੱਲ 6,610 ਦਾਖਲਿਆਂ ਦਾ ਲਗਭਗ 1/4 ਹਿੱਸਾ ਮੰਨਿਆ ਜਾਂਦਾ ਹੈ। ਇੱਕ ਉੱਚ ਅੰਤਰਰਾਸ਼ਟਰੀ ਸਮੂਹ ਰੱਖਣ ਵਿੱਚ ਸਕੂਲ ਉੱਤਰ ਵਿੱਚ ਇਕੱਲਾ ਨਹੀਂ ਹੈ। ਉਸੇ ਸਾਲ ਉੱਤਰੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ 3,656 ਸਨ, ਜਾਂ ਫਿਰ ਕੁੱਲ ਲੋਕਾਂ ਦੀ ਗਿਣਤੀ ਦਾ ਲਗਭਗ 17% ਹਿੱਸਾ। CNC ਵਿਦਿਆਰਥੀ ਯੂਨੀਅਨ ਦੇ ਚੇਅਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨਾਲ ਉਹਨਾਂ ਨੇ ਗੱਲ ਕੀਤੀ ਹੈ ਉਹ ਨਵੇਂ ਨਿਯਮਾਂ ਬਾਰੇ ਉਲਝਣ ਵਿੱਚ ਨੇ ਅਤੇ ਚਿੰਤਿਤ ਨੇ ਕਿ ਜਦੋਂ ਉਹ ਆਪਣੇ ਪ੍ਰੋਗਰਾਮਾਂ ਨੂੰ ਖਤਮ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ। ਗੁਰਤੇਜ ਸਿੰਘ ਨੇ ਕਿਹਾ ਕਿ ਸਾਡੇ ਕੋਲ ਇੱਥੇ CNC ਵਿੱਚ ਇੱਕ ਵੱਡੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਬਾਦੀ ਹੈ ਅਤੇ ਉਹ ਕਾਫ਼ੀ ਚਿੰਤਿਤ ਹੈ ਜੋ ਕਿ ਪੰਜਾਬ ਤੋਂ ਭਾਰਤ ਤੋਂ ਆਏ ਨੇ ਅਤੇ ਹੁਣ CNC ਵਿੱਚ ਐਸੋਸੀਏਟ ਆਫ ਆਰਟਸ ਪ੍ਰੋਗਰਾਮ ਦੇ ਵਿੱਚ ਆਪਣੇ 3rd ਸਮੈਸਟਰ ਦੇ ਵਿੱਚ ਨੇ। ਉਹਨਾਂ ਕਿਹਾ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਅਸਲ ਦੇ ਵਿੱਚ ਹੁਨਰਮੰਦ ਕਾਮੇ ਨੇ ਅਤੇ ਜੇਕਰ ਇੱਥੇ ਕੰਮ ਕਰਨ ਦੀ ਇਜਾਜ਼ਤ ਉਹਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਉਹ ਸੰਭਾਵਿਤ ਤੌਰ 'ਤੇ ਸਭ ਤੋਂ ਉੱਤਮ ਹੋ ਸਕਦੇ ਨੇ, ਪਰ ਮੌਜੂਦਾ ਨਿਯਮਾਂ ਦੇ ਨਾਲ ਉਹਨਾਂ ਵਿੱਚੋਂ ਬਹੁਤ ਸਾਰੇ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਅਤੇ ਇਹ ਬਹੁਤ ਬੁਰੀ ਗੱਲ ਹੈ। ਦੂਜੇ ਪਾਸੇ CNC ਦਾ ਕਹਿਣਾ ਹੈ ਕਿ ਇਸ ਦੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਹੇ ਨੇ ਅਤੇ ਗ੍ਰੈਜੂਏਟ ਹੋਣ ਤੋਂ ਬਾਅਦ 2017 ਅਤੇ 21 ਦੇ ਵਿਚਾਲੇ ਲਗਭਗ 61% ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਪ੍ਰੋਗਰਾਮ ਨੂੰ ਖਤਮ ਕਰਨ ਤੋਂ 1 ਸਾਲ ਬਾਅਦ ਵੀ ਇਸ ਖੇਤਰ ਵਿੱਚ ਰਹਿ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਸਰਕਾਰੀ ਨੌਕਰੀਆਂ ਹੁਣ ਬਿਨਾਂ ਡਿਗਰੀ ਦੇ ਭਰਤੀ ਕਰ ਰਹੀਆਂ ਨੇ। ਜੇਕਰ ਤੁਸੀਂ ਯੂਨੀਵਰਸਿਟੀ ਦੀ ਡਿਗਰੀ ਦੀ ਲੋੜ ਤੋਂ ਬਿਨਾਂ ਇੱਕ ਸਥਿਰ ਅਤੇ ਚੰਗੀ ਤਨਖਾਹ ਵਾਲਾ ਕਰੀਅਰ ਲੱਭ ਰਹੇ ਹੋ ਤਾਂ ਫਿਰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਕੋਲ ਇਸ ਸਮੇਂ ਬਹੁਤ ਸਾਰੀਆਂ ਨੌਕਰੀਆਂ ਨੇ ਜੋ ਤੁਹਾਡੇ ਲਈ ਕਾਫੀ ਹੋ ਸਕਦੀਆਂ ਨੇ। ਇਹਨਾਂ ਸਰਕਾਰੀ ਨੌਕਰੀਆਂ ਵਾਸਤੇ ਤੁਹਾਨੂੰ ਕਿਸੇ ਯੋਗ ਡਿਗਰੀ ਦੀ ਲੋੜ ਨਹੀਂ, ਬਸ ਤੁਹਾਡੇ ਕੋਲ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ ਅਤੇ ਕੀ ਨੇ ਨੌਕਰੀਆਂ, ਕੀ ਹੈ ਯੋਗਤਾ, ਕੀ ਹੈ ਲੋੜ, ਆਓ ਇਸ ਦੇ ਉੱਤੇ ਨਜ਼ਰ ਮਾਰਦੇ ਹਾਂ ਰਿਪੋਰਟ ਦੇ ਜ਼ਰੀਏ। ਇਹ ਭੂਮਿਕਾਵਾਂ ਪ੍ਰਤੀ ਸਾਲ $60,000 ਤੋਂ ਵੱਧ ਤਨਖਾਹਾਂ ਦੇ ਨਾਲ ਆਉਂਦੀਆਂ ਨੇ ਅਤੇ ਕਈ ਤਰ੍ਹਾਂ ਦੇ ਲਾਭਾਂ ਦੀ ਪੇਸ਼ਕਸ਼ ਕਰਦੀਆਂ ਨੇ ਜੋ ਨੌਕਰੀ ਦੀ ਸੁਰੱਖਿਆ, ਲਚਕਤਾ ਅਤੇ ਜੀਵਨ ਕੰਮ ਸੰਤੁਲਨ ਦੀ ਮੰਗ ਕਰਨ ਵਾਲਿਆਂ ਲਈ ਆਕਰਸ਼ਕ ਆਪਸ਼ਨਸ ਬਣਾਉਂਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਗੌਰਮੈਂਟ ਜੌਬਸ ਅਕਸਰ ਵਿਆਪਕ ਲਾਭ ਪ੍ਰਦਾਨ ਕਰਦੀਆਂ ਨੇ ਜਿਸ ਵਿੱਚ ਸਿਹਤ ਸੰਭਾਲ, ਰਿਟਾਇਰਮੈਂਟ ਯੋਜਨਾਵਾਂ ਅਤੇ ਅਦਾਇਗੀ ਛੁੱਟੀ ਸ਼ਾਮਲ ਹੈ। ਵੱਖ-ਵੱਖ ਖੇਤਰਾਂ ਅਤੇ ਜ਼ਿੰਮੇਵਾਰੀ ਦੇ ਪੱਧਰਾਂ ਵਿੱਚ ਮੌਕਿਆਂ ਦੇ ਨਾਲ ਵੱਖ-ਵੱਖ ਹੁਨਰ ਸੈੱਟਾਂ ਦੇ ਅਨੁਕੂਲ ਨੌਕਰੀਆਂ ਹੁੰਦੀਆਂ ਨੇ। ਇਸ ਸਮੇਂ ਚੋਟੀ ਦੀਆਂ ਉਪਲਬਧ ਨੌਕਰੀਆਂ ਦੇ ਵਿੱਚ ਦਫ਼ਤਰ ਸਹਾਇਕ ਮੌਜੂਦ ਹੈ ਜਿਸਦੀ ਤਨਖਾਹ $50,000 ਤੋਂ ਲੈ ਕੇ $55,000 ਸਾਲਾਨਾ ਮੰਨੀ ਜਾਂਦੀ ਹੈ ਅਤੇ ਇਹ ਨੌਕਰੀ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਪਲਬਧ ਹੈ। ਜੇਕਰ ਤੁਸੀਂ ਸੰਗਠਿਤ, ਵਿਸਤ੍ਰਿਤ ਮੁਖੀ ਅਤੇ ਪ੍ਰਸ਼ਾਸਕੀ ਕੰਮ ਦਾ ਆਨੰਦ ਮਾਣਦੇ ਹੋ ਤਾਂ ਮਿਨਰਲ ਟਾਈਟਲ ਬ੍ਰਾਂਚ ਵਿੱਚ ਦਫ਼ਤਰ ਸਹਾਇਕ ਦੀ ਭੂਮਿਕਾ ਤੁਹਾਡੇ ਲਈ ਆਦਰਸ਼ ਹੋ ਸਕਦੀ ਹੈ। ਇਸ ਸਥਿਤੀ ਵਿੱਚ ਤੁਸੀਂ ਬ੍ਰਾਂਚ ਲਈ ਸੰਪਰਕ ਦਾ ਮੁੱਖ ਬਿੰਦੂ ਹੋ ਸਕਦੇ ਹੋ, ਵਿਜ਼ਟਰਾਂ ਦੀ ਸਹਾਇਤਾ ਕਰੋਗੇ, ਦਫ਼ਤਰ ਦੇ ਸਰੋਤਾਂ ਦਾ ਪ੍ਰਬੰਧਨ ਕਰੋਗੇ ਅਤੇ ਰੋਜ਼ਾਨਾ ਦੇ ਕੰਮਕਾਜ ਦਾ ਵੀ ਸਮਰਥਨ ਕਰਨਾ ਪੈਣਾ। ਤੁਸੀਂ ਕੁਦਰਤੀ ਸਰੋਤ ਮੰਤਰਾਲਿਆਂ ਵਿੱਚ ਟੀਮਾਂ ਨਾਲ ਮਿਲ ਕੇ ਕੰਮ ਕਰੋਗੇ ਅਤੇ ਉਦਯੋਗ ਦੇ ਪੇਸ਼ੇਵਰਾਂ ਅਤੇ ਜਨਤਾ ਨਾਲ ਗੱਲਬਾਤ ਕਰੋਗੇ। ਇਸ ਵਾਸਤੇ ਹਾਈ ਸਕੂਲ ਡਿਪਲੋਮਾ ਜਾਂ ਫਿਰ ਇਸ ਦੇ ਬਰਾਬਰ
ਕੁਛ ਜ਼ਰੂਰੀ ਚਾਹੀਦਾ ਹੈ ਅਤੇ ਘੱਟੋ ਘੱਟ 6 ਮਹੀਨਿਆਂ ਦਾ ਗਾਹਕ ਸੇਵਾ ਜਾਂ ਦਫ਼ਤਰ ਦਾ ਤਜਰਬਾ ਹੋਵੇ। ਇਸ ਵਾਸਤੇ ਮਾਈਕਰੋਸਾਫਟ ਵਰਡ ਅਤੇ ਐਕਸਲ ਵਰਗੇ ਦਫ਼ਤਰੀ ਸਾਫਟਵੇਅਰਸ ਦੇ ਵਿੱਚ ਮੁਹਾਰਤ ਹਾਸਲ ਹੋਣੀ ਜ਼ਰੂਰੀ ਹੈ ਅਤੇ ਮਜ਼ਬੂਤ ਅੰਤਰ ਵਿਅਕਤੀਗਤ ਹੁਨਰ ਅਤੇ ਕਈ ਕੰਮਾਂ ਦਾ ਪ੍ਰਬੰਧਨ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਹੁਣ ਗੱਲ ਕਰਦਿਆਂ ਗਾਹਕ ਸੇਵਾ ਪ੍ਰਤੀਨਿਧੀ ਬਾਰੇ, ਜਿਸ ਦੀ ਤਨਖਾਹ 54,000 ਕੈਨੇਡੀਅਨ ਡਾਲਰ ਤੋਂ ਲੈ ਕੇ 61,000 ਕੈਨੇਡੀਅਨ ਡਾਲਰ ਸਾਲਾਨਾ ਦੇ ਵਿਚਾਲੇ ਹੈ ਅਤੇ ਲੋਕੇਸ਼ਨ ਹੈ ਬ੍ਰਿਟਿਸ਼ ਕੋਲੰਬੀਆ ਦਾ ਓਲੀਵਰ। ਜੇਕਰ ਤੁਹਾਡੇ ਕੋਲ ਕੁਸ਼ਲ ਦਿਆਲੂ ਸੇਵਾ ਪ੍ਰਦਾਨ ਕਰਨ ਦੀ ਪ੍ਰਤਿਭਾ ਹੈ ਤਾਂ ਗਾਹਕ ਸੇਵਾ ਪ੍ਰਤੀਨਿਧੀ ਦੀ ਭੂਮਿਕਾ ਲਈ ਅਰਜ਼ੀ ਦੇਣ 'ਤੇ ਵਿਚਾਰ ਕਰ ਸਕਦੇ ਹੋ। ਇਨ ਪਰਸਨ ਸਰਵਿਸਿਜ਼ ਟੀਮ ਦੇ ਹਿੱਸੇ ਵਜੋਂ ਤੁਸੀਂ ਕਮਿਊਨਿਟੀ ਮੈਂਬਰਾਂ ਦੀ ਵਿਅਕਤੀਗਤ ਤੌਰ 'ਤੇ ਫੋਨ ਰਾਹੀਂ ਜਾਂ ਔਨਲਾਈਨ ਡੇਟਾ ਐਂਟਰੀ, ਐਪਲੀਕੇਸ਼ਨ ਸਮੀਖਿਆ ਅਤੇ ਭੁਗਤਾਨ ਪ੍ਰਕਿਰਿਆ ਵਰਗੇ ਕੰਮਾਂ ਨੂੰ ਸੰਭਾਲਣ ਵਿੱਚ ਮਦਦ ਕਰ ਸਕਦੇ ਹੋ। ਇਹ ਭੂਮਿਕਾ ਸਥਾਨਕ ਨਿਵਾਸੀਆਂ ਦਾ ਸਮਰਥਨ ਕਰਨ ਅਤੇ ਸੇਵਾ ਕੁਸ਼ਲਤਾ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਹੈ। ਇਸ ਵਾਸਤੇ ਹਾਈ ਸਕੂਲ ਡਿਪਲੋਮਾ ਜਾਂ GED ਅਤੇ ਪੂਰਵ ਗਾਹਕ ਸੇਵਾ ਅਨੁਭਵ ਦੀ ਲੋੜ ਹੁੰਦੀ ਹੈ ਅਤੇ ਇਸ ਵਾਸਤੇ ਉੱਚ ਆਵਾਜ਼ ਵਾਲੇ ਸੇਵਾ ਵਾਤਾਵਰਣ ਵਿੱਚ ਟਕਰਾਅ ਦਾ ਹੱਲ, ਡਾਟਾ ਪ੍ਰਬੰਧਨ ਅਤੇ ਅਨੁਭਵ ਦੀ ਜ਼ਰੂਰਤ ਹੈ। ਜਾਣਕਾਰੀ ਪ੍ਰਬੰਧਨ ਸਾਧਨਾਂ ਨਾਲ ਜਾਣੂ ਹੋਣਾ ਇੱਕ ਪਲੱਸ ਪੁਆਇੰਟ ਮੰਨਿਆ ਜਾਵੇਗਾ। ਹੁਣ ਗੱਲ ਕਰਦਿਆਂ ਕਲਾਇੰਟ ਸਰਵਿਸਿਜ਼ ਐਡਮਿਨਿਸਟ੍ਰੇਟਰ ਬਾਰੇ, ਜਿਸ ਦੀ ਤਨਖਾਹ 59,000 ਕੈਨੇਡੀਅਨ ਡਾਲਰ ਤੋਂ ਲੈ ਕੇ 66,000 ਕੈਨੇਡੀਅਨ ਡਾਲਰ ਸਾਲਾਨਾ ਦੱਸੀ ਜਾਂਦੀ ਹੈ। ਇਸ ਦੀ ਲੋਕੇਸ਼ਨ ਤਾਂ ਬ੍ਰਿਟਿਸ਼ ਕੋਲੰਬੀਆ ਹੈ ਪਰ ਰਿਮੋਟ ਕੰਮ ਦੇ ਆਪਸ਼ਨਸ ਉਪਲਬਧ ਨੇ। ਮਜ਼ਬੂਤ ਸੰਗਠਨਾਤਮਕ ਅਤੇ ਡਾਟਾ ਪ੍ਰਬੰਧਨ ਹੁਨਰ ਵਾਲੇ ਲੋਕਾਂ ਲਈ ਰੀਅਲ ਪ੍ਰਾਪਰਟੀ ਡਿਵੀਜ਼ਨ ਵਿੱਚ ਕਲਾਇੰਟ ਸਰਵਿਸਿਜ਼ ਐਡਮਿਨਿਸਟ੍ਰੇਟਰ ਦੀ ਭੂਮਿਕਾ ਇੱਕ ਸ਼ਾਨਦਾਰ ਆਪਸ਼ਨ ਹੈ। ਇਸ ਸਥਿਤੀ ਵਿੱਚ ਕਲਾਇੰਟ ਖਾਤਿਆਂ ਨੂੰ ਕਾਇਮ ਰੱਖਣ, ਪ੍ਰੋਜੈਕਟ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਅਤੇ ਡੇਟਾ ਸ਼ੁੱਧਤਾ ਦਾ ਪ੍ਰਬੰਧਨ ਕਰਕੇ ਕਲਾਇੰਟ ਸੇਵਾਵਾਂ ਟੀਮ ਦਾ ਸਮਰਥਨ ਕਰਨਾ ਸ਼ਾਮਿਲ ਹੈ। ਕਲਾਇੰਟ ਸਰਵਿਸਿਜ਼ ਮੈਨੇਜਰ ਦੇ ਅਧੀਨ ਕੰਮ ਕਰਦੇ ਹੋਏ ਤੁਸੀਂ ਸੰਚਾਲਨ ਕੁਸ਼ਲਤਾ ਨੂੰ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹੋ। ਇਸ ਵਾਸਤੇ ਹਾਈ ਸਕੂਲ ਡਿਪਲੋਮਾ ਜਾਂ ਫਿਰ ਇਸ ਦੇ ਇਕੁਇਲੈਂਟ ਐਜੂਕੇਸ਼ਨ ਦੀ ਲੋੜ ਹੈ ਅਤੇ ਮਾਈਕਰੋਸਾਫਟ ਆਫਿਸ ਦੀ ਵਰਤੋਂ ਕਰਦੇ ਹੋਏ 2 ਸਾਲਾਂ ਦੇ ਐਕਸਪੀਰੀਅੰਸ ਅਤੇ 1 ਸਾਲ ਦੇ ਗਾਹਕ ਸੇਵਾ ਐਕਸਪੀਰੀਅੰਸ ਦੀ ਵੀ ਜ਼ਰੂਰਤ ਹੈ। ਇਸ ਵਾਸਤੇ ਡਾਟਾ ਐਂਟਰੀ, ਰਿਪੋਰਟ ਬਣਾਉਣਾ ਅਤੇ ਡਾਟਾਬੇਸ ਨਾਲ ਕੰਮ ਕਰਨ ਦੀ ਯੋਗਤਾ ਚਾਹੀਦੀ ਹੈ। ਇਹ ਭੂਮਿਕਾ ਰਿਮੋਟ ਕੰਮ ਦੀ ਲਚਕਤਾ ਦੀ ਵੀ ਪੇਸ਼ਕਸ਼ ਕਰਦੀ ਹੈ। ਫਿਰ ਆਉਂਦਾ ਹੈ ਕਾਰਜਕਾਰੀ ਪ੍ਰਬੰਧਕੀ ਸਹਾਇਕ, ਜਿਸ ਦੀ ਤਨਖਾਹ 61,000 ਕੈਨੇਡੀਅਨ ਡਾਲਰ ਤੋਂ ਲੈ ਕੇ 70,000 ਕੈਨੇਡੀਅਨ ਡਾਲਰ ਸਾਲਾਨਾ ਮੰਨੀ ਜਾਂਦੀ ਹੈ ਅਤੇ ਇਸ ਵਾਸਤੇ ਲੋਕੇਸ਼ਨ ਹੈ ਆਦਿਵਾਸੀ ਬਾਲ ਭਲਾਈ ਡਾਇਰੈਕਟਰ ਦਾ ਦਫ਼ਤਰ, ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਥਿਤ ਹੈ। ਕਾਰਜਕਾਰੀ ਸਹਾਇਤਾ ਵਿੱਚ ਤਜਰਬੇ ਵਾਲੇ ਲੋਕਾਂ ਲਈ ਆਦਿਵਾਸੀ ਬਾਲ ਕਲਿਆਣ ਨਿਰਦੇਸ਼ਕ ਦੇ ਦਫ਼ਤਰ ਵਿੱਚ ਕਾਰਜਕਾਰੀ ਪ੍ਰਬੰਧਕੀ ਸਹਾਇਕ ਦੀ ਭੂਮਿਕਾ ਪੂਰੀ ਹੋ ਸਕਦੀ ਹੈ। ਇਸ ਵਾਸਤੇ ਹਾਈ ਸਕੂਲ ਡਿਪਲੋਮਾ ਅਤੇ ਘੱਟੋ ਘੱਟ 3 ਸਾਲਾਂ ਦਾ ਪ੍ਰਬੰਧਕੀ ਤਜਰਬੇ ਦੀ ਜ਼ਰੂਰਤ ਹੈ। ਇਸ ਵਾਸਤੇ ਵੀ ਤੁਹਾਨੂੰ ਮਾਈਕਰੋਸਾਫਟ ਆਫਿਸ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਜ਼ਿਕਰ ਹੁੰਦਾ ਹੈ ਯੋਜਨਾ ਅਧਿਕਾਰੀ ਦਾ, ਜਿਸ ਦੀ ਐਨੂਅਲ ਤਨਖਾਹ 83,000 ਕੈਨੇਡੀਅਨ ਡਾਲਰ ਤੋਂ 94,000 ਕੈਨੇਡੀਅਨ ਡਾਲਰ ਵਿਚਾਲੇ ਹੈ ਅਤੇ ਲੋਕੇਸ਼ਨ ਹੈ ਬ੍ਰਿਟਿਸ਼ ਕੋਲੰਬੀਆ ਦਾ ਸਿੱਖਿਆ ਮੰਤਰਾਲੇ। ਇਸ ਵਾਸਤੇ ਯੋਜਨਾਬੰਦੀ, ਆਰਕੀਟੈਕਚਰ ਜਾਂ ਇੰਜੀਨੀਅਰਿੰਗ ਜਾਂ ਫਿਰ ਇਸਦੇ ਬਰਾਬਰ ਦੇ ਐਕਸਪੀਰੀਅੰਸ ਦੀ ਲੋੜ ਹੁੰਦੀ ਹੈ। ਇਸ ਵਿੱਚ ਬੈਚਲਰ ਡਿਗਰੀ ਚਾਹੀਦੀ ਹੈ ਅਤੇ ਪ੍ਰੋਜੈਕਟ ਪ੍ਰਬੰਧਨ ਦਾ ਘੱਟੋ ਘੱਟ 1 ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਕੈਨੇਡਾ ਸਰਕਾਰ ਨੇ ਜਦੋਂ ਤੋਂ ਵੀਜ਼ਾ ਦੇ ਉੱਤੇ ਪਾਬੰਦੀਆਂ ਲਗਾਈਆਂ ਨੇ ਅਤੇ ਆਪਣੀ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਭਾਰਤ ਸਰਕਾਰ ਵਾਸਤੇ ਅਤੇ ਪੰਜਾਬ ਸਰਕਾਰ ਵਾਸਤੇ ਇਹ ਖੁਸ਼ੀ ਦੀ ਖਬਰ ਮੰਨੀ ਜਾ ਰਹੀ ਹੈ। ਕਿਉਂ? ਕਿਉਂਕਿ ਬਹੁਤੀ ਗਿਣਤੀ ਦੇ ਵਿੱਚ ਭਾਰਤੀ ਅਤੇ ਪੰਜਾਬੀ ਹੀ ਹੁੰਦੇ ਸਨ ਜੋ ਕੈਨੇਡਾ ਦਾ ਰੁੱਖ ਇਖਤਿਆਰ ਕਰਦੇ ਸਨ, ਜੋ ਕੈਨੇਡਾ ਵੱਲ ਨੂੰ ਆਪਣੇ ਜਹਾਜ਼ ਮੋੜ ਲੈਂਦੇ ਸਨ। ਸੋ ਅਜਿਹੇ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਜੇ ਕੈਨੇਡਾ ਨੇ ਆਪਣੇ ਦਰਵਾਜ਼ੇ ਬੰਦ ਕੀਤੇ ਨੇ ਤਾਂ ਇਹ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ, ਭਾਰਤ ਦੇ ਵਿੱਚ ਰਹਿ ਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਲਈ ਕਾਫ਼ੀ ਲਾਹੇਵੰਦ ਸਿੱਧ ਹੋ ਸਕਦੇ ਨੇ।
ਕੈਨੇਡਾ ਦੀਆਂ ਵੀਜ਼ਾ ਪਾਬੰਦੀਆਂ ਭਾਵੇਂ ਸ਼ੁਰੂ ਵਿੱਚ ਇੱਕ ਝਟਕੇ ਵਜੋਂ ਲੱਗ ਰਹੀਆਂ ਸਨ, ਪਰ ਅਸਲ 'ਚ ਇਹ ਪੰਜਾਬ ਤੇ ਸਮੁੱਚੇ ਭਾਰਤ ਲਈ ਇੱਕ ਵਰਦਾਨ ਸਾਬਤ ਹੋ ਸਕਦੀਆਂ ਨੇ। ਸਾਲਾਂ ਤੋਂ ਪੰਜਾਬ ਹਜ਼ਾਰਾਂ ਹੁਸ਼ਿਆਰ ਉਤਸ਼ਾਹੀ ਨੌਜਵਾਨਾਂ ਨੂੰ ਵਿਦੇਸ਼ਾਂ, ਖਾਸ ਕਰਕੇ ਕੈਨੇਡਾ ਭੇਜ ਰਿਹਾ ਹੈ। ਇਹ ਵਿਦਿਆਰਥੀ ਅਤੇ ਪੇਸ਼ੇਵਰ ਕੈਨੇਡਾ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ, ਪਰ ਆਪਣੇ ਨਾਲ ਉਹ ਪ੍ਰਤਿਭਾ ਸਰੋਤ ਤੇ ਸੰਭਾਵਨਾਵਾਂ ਲੈ ਕੇ ਜਾਂਦੇ ਨੇ ਜੋ ਭਾਰਤ ਦੇ ਆਰਥਿਕ ਤੇ ਵਿਦਿਅਕ ਲੈਂਡਸਕੇਪ ਨੂੰ ਅਮੀਰ ਬਣਾ ਸਕਦੇ ਨੇ। ਵਿਦੇਸ਼ ਜਾਣ ਸੰਬੰਧੀ ਇਹ ਤਬਦੀਲੀ ਪੰਜਾਬ ਅਤੇ ਦੇਸ਼ ਲਈ ਇੱਕ ਕਮਾਲ ਦਾ ਵਰਦਾਨ ਬਣ ਸਕਦੀ ਹੈ, ਜਿਸ ਨਾਲ ਅਜਿਹਾ ਮਾਹੌਲ ਪੈਦਾ ਹੋ ਸਕਦਾ ਹੈ ਜੋ ਘਰ ਵਿੱਚ ਇਸ ਸੰਭਾਵਨਾ ਦੀ ਭਰਮਾਰ ਕਰੇਗਾ। ਭਾਰਤ ਦੀ ਆਰਥਿਕਤਾ ਨੂੰ ਮਜ਼ਬੂਤ ਵੀ ਕੀਤਾ ਜਾਵੇਗਾ। ਜਦੋਂ ਨੌਜਵਾਨ ਪੇਸ਼ੇਵਰ ਭਾਰਤ 'ਚ ਰਹਿੰਦੇ ਨੇ ਤਾਂ ਉਹਨਾਂ ਦੇ ਹੁਨਰ ਵਿਦੇਸ਼ਾਂ ਦੀ ਬਜਾਏ ਘਰੇਲੂ ਆਰਥਿਕਤਾ ਵਿੱਚ ਸਿੱਧੇ ਤੌਰ 'ਤੇ ਯੋਗਦਾਨ ਪਾਉਂਦੇ ਨੇ। ਟੈਕਨੋਲੋਜੀ, ਹੈਲਥ ਕੇਅਰ ਅਤੇ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੁਣ ਭਾਰਤ ਦੇ ਟੈਲੈਂਟ ਪੂਲ ਨੂੰ ਹੋਰ ਅਮੀਰ ਬਣਾਉਂਦਿਆਂ ਹੋਇਆਂ ਸਥਾਨਕ ਉਦਯੋਗਾਂ ਅਤੇ ਨਵੀਨਤਾਵਾਂ ਨੂੰ ਆਪਣੀ ਪ੍ਰਤਿਭਾ ਦੇ ਸਕਦੇ ਨੇ। ਵਿਦੇਸ਼ ਜਾਣ ਵਾਲੇ ਬਹੁਤ ਸਾਰੇ ਵਿਦਿਆਰਥੀ ਅਕਸਰ ਸਥਾਈ ਨੌਕਰੀਆਂ ਦੀ ਭਾਲ ਕਰਦੇ ਨੇ ਅਤੇ ਲੰਮੇ ਸਮੇਂ ਲਈ ਉੱਥੇ ਸੈਟਲ ਹੁੰਦੇ ਨੇ। ਭਾਰਤ 'ਚ ਰਹਿ ਕੇ ਇਹ ਨੌਜਵਾਨ ਦਿਮਾਗ, ਉੱਦਮੀ ਸਮਰੱਥਾ ਤੇ ਸਟਾਰਟਅਪ ਰੁਜ਼ਗਾਰ ਪੈਦਾ ਕਰਨ ਅਤੇ ਸਥਾਨਕ ਅਰਥ ਵਿਵਸਥਾਵਾਂ ਨੂੰ ਉਤਸ਼ਾਹਿਤ ਕਰ ਸਕਦੇ ਨੇ। ਪੰਜਾਬ ਦੇ ਨੌਜਵਾਨ ਉੱਦਮੀ ਭਾਰਤ ਦੀ ਸਵੈ ਨਿਰਭਰਤਾ ਦੇ ਨਿਰਮਾਣ ਲਈ ਤਕਨੀਕੀ ਸਟਾਰਟਅਪ ਤੋਂ ਲੈ ਕੇ ਖੇਤੀ ਖੋਜਾਂ ਤੱਕ ਹਰ ਚੀਜ਼ ਵਿੱਚ ਯੋਗਦਾਨ ਪਾ ਕੇ ਨਵੇਂ ਵਿਚਾਰ ਲਿਆ ਸਕਦੇ ਨੇ। ਭਾਰਤ 'ਚ ਵੱਧਦੀ ਨੌਜਵਾਨ ਆਬਾਦੀ ਹਾਊਸਿੰਗ ਪ੍ਰਚੂਨ, ਟੈਕਨੋਲੋਜੀ ਅਤੇ ਜੀਵਨ ਸ਼ੈਲੀ ਸੇਵਾਵਾਂ ਦੀ ਮੰਗ ਨੂੰ ਵਧਾਉਂਦੀ ਹੈ। ਘੱਟ ਨੌਜਵਾਨਾਂ ਦੇ ਵਿਦੇਸ਼ਾਂ 'ਚ ਪ੍ਰਵਾਸ ਕਰਨ ਦੇ ਨਾਲ ਇਹ ਮੰਗ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਦੇਵੇਗੀ ਅਤੇ ਭਾਰਤ ਦੀ ਖਪਤਕਾਰ ਸੰਚਾਲਿਤ ਆਰਥਿਕਤਾ ਵਿੱਚ ਮੌਕੇ ਪੈਦਾ ਕਰੇਗੀ। ਪੰਜਾਬ ਦੇ ਸਿੱਖਿਆ ਖੇਤਰ ਨੂੰ ਵੀ ਮੁੜ ਸੁਰਜੀਤ ਕੀਤਾ ਜਾਵੇਗਾ। ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਕੋਲ ਹੁਣ ਉਹਨਾਂ ਵਿਦਿਆਰਥੀਆਂ ਨੂੰ ਪੂਰਾ ਕਰਨ ਦਾ ਮੌਕਾ ਹੈ ਜੋ ਵਿਦੇਸ਼ਾਂ 'ਚ ਪੜ੍ਹਨ ਦੀ ਤਿਆਰੀ ਕਰ ਰਹੇ ਸਨ। ਇਹ ਸ਼ਿਫਟ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਉਹਨਾਂ ਦੀਆਂ ਪੇਸ਼ਕਸ਼ਾਂ ਨੂੰ ਵਧਾਉਣ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਸਥਾਨਕ ਤੌਰ 'ਤੇ ਮੁਕਾਬਲੇ, ਵਿਸ਼ਵ ਪੱਧਰ 'ਤੇ ਇਕਸਾਰ ਪ੍ਰੋਗਰਾਮ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਕਰਨ ਲਈ ਉਤਸ਼ਾਹਿਤ ਕਰੇਗਾ। ਵਧੇਰੇ ਵਿਦਿਆਰਥੀਆਂ ਦੇ ਭਾਰਤ ਵਿੱਚ ਰਹਿਣ ਦੀ ਚੋਣ ਕਰਨ ਦੇ ਨਾਲ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਸਿੱਖਿਆ ਦੇ ਬੁਨਿਆਦੀ ਢਾਂਚੇ, ਵਜ਼ੀਫਿਆਂ ਅਤੇ ਖੋਜ ਸਹੂਲਤਾਂ ਵਿੱਚ ਨਿਵੇਸ਼ ਕਰਨ ਲਈ ਇੱਕ ਵੱਡਾ ਪ੍ਰੋਤਸਾਹਨ ਮਿਲਦਾ ਹੈ। ਇਹ ਸੁਧਾਰ ਅਕੈਡਮਿਕ ਉੱਤਮਤਾ ਨੂੰ ਵਧਾ ਸਕਦੇ ਨੇ ਤੇ ਪੰਜਾਬ ਨੂੰ ਇੱਕ ਮੁਕਾਬਲੇ ਵਾਲੇ ਵਿਦਿਅਕ ਹੱਬ ਵਜੋਂ ਉਭਰਨ ਲਈ ਉਤਸ਼ਾਹਿਤ ਕਰਦੇ ਨੇ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਬਜਾਏ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਭਾਰਤ ਦੇ ਅੰਦਰ ਕੈਂਪਸ ਜਾਂ ਭਾਈਵਾਲੇ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਹ ਵਿਕਾਸ ਵਿਦਿਆਰਥੀਆਂ ਨੂੰ ਦੇਸ਼ ਛੱਡੇ ਬਿਨਾਂ ਅੰਤਰਰਾਸ਼ਟਰੀ ਪਾਠਕ੍ਰਮ ਅਤੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਡਿਗਰੀਆਂ ਤੱਕ ਪਹੁੰਚ ਪ੍ਰਦਾਨ ਕਰੇਗਾ। ਸਥਾਨਕ ਨੌਕਰੀ ਬਾਜ਼ਾਰਾਂ ਤੇ ਹੁਨਰ ਵਿਕਾਸ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਨੇ। ਵਿਦੇਸ਼ ਜਾਣ ਵਾਲੇ ਬਹੁਤ ਸਾਰੇ ਵਿਦਿਆਰਥੀ ਰੁਜ਼ਗਾਰ ਦੀਆਂ ਬਿਹਤਰ ਸੰਭਾਵਨਾਵਾਂ ਲਈ ਅਜਿਹਾ ਕਰਦੇ ਨੇ। ਭਾਰਤ 'ਚ ਰਹਿ ਕੇ ਉਹ ਹੁਣ ਹੋਰ ਨੌਕਰੀਆਂ ਦੀ ਮੰਗ ਨੂੰ ਅੱਗੇ ਵਧਾਉਣਗੇ। ਉਦਯੋਗਾਂ ਨੂੰ ਦੇਸ਼ ਦੇ ਅੰਦਰ ਬਿਹਤਰ ਭੁਗਤਾਨ ਕਰਨ ਵਾਲੀਆਂ ਭੂਮਿਕਾਵਾਂ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਬਣਾਉਣ ਲਈ ਮਜਬੂਰ ਕਰਨਗੇ। ਭਾਰਤ ਦੇ ਨੌਜਵਾਨ ਘਰ ਰਹਿ ਕੇ ਗਲੋਬਲ ਮਾਪਦੰਡਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਹੁਨਰ ਵਿਕਾਸ ਪ੍ਰੋਗਰਾਮਾਂ ਲਈ ਜ਼ੋਰ ਦੇਣਗੇ। ਇਹ ਵਾਧਾ ਭਾਰਤ ਨੂੰ ਇੱਕ ਅਜਿਹੇ ਕਾਰਜਬਲ ਨੂੰ ਕਾਇਮ ਰੱਖਣ 'ਚ ਮਦਦ ਕਰੇਗਾ ਜੋ ਆਰਥਿਕ ਸਰੋਤਾਂ ਅਤੇ ਮਨੁੱਖੀ ਪੂੰਜੀ ਨੂੰ ਦੇਸ਼ ਦੇ ਅੰਦਰ ਰੱਖ ਕੇ ਵਿਸ਼ਵ ਪੱਧਰ 'ਤੇ ਮੁਕਾਬਲੇ ਅਤੇ ਉਦਯੋਗ ਲਈ ਤਿਆਰ ਹੋਵੇਗਾ। ਹੁਨਰਮੰਦ ਗ੍ਰੈਜੂਏਟਾਂ ਦੀ ਆਮਦ ਨੂੰ ਅਨੁਕੂਲ ਕਰਨ ਲਈ ਸਰਕਾਰਾਂ ਨੌਕਰੀਆਂ ਦੇ ਸਿਰਜਣਾ ਨੂੰ ਹੁਲਾਰਾ ਦੇਣ, ਸਟਾਰਟਅਪਸ ਲਈ ਟੈਕਸ ਪ੍ਰੋਤਸਾਹਨ ਪ੍ਰਦਾਨ ਕਰਨ ਅਤੇ ਪ੍ਰਾਈਵੇਟ ਉੱਦਮਾਂ ਨਾਲ ਸਾਂਝੇਦਾਰੀ ਵਿੱਚ ਸਿਖਲਾਈ ਅਤੇ ਕਿੱਤਾਮੁਖੀ ਪ੍ਰੋਗਰਾਮ ਸਥਾਪਿਤ ਕਰਨ ਲਈ ਨੀਤੀਆਂ ਲਾਗੂ ਕਰ ਸਕਦੀਆਂ ਨੇ, ਜਿਸ ਨਾਲ ਨਾ ਸਿਰਫ ਨੌਜਵਾਨਾਂ ਨੂੰ ਬਲਕਿ ਸਮੁੱਚੇ ਲੋਕਾਂ ਨੂੰ ਲਾਭ ਹੋਵੇਗਾ। ਭਾਰਤ ਦੇ ਭਵਿੱਖ ਲਈ ਇੱਕ ਸੱਭਿਆਚਾਰਕ ਅਤੇ ਸਮਾਜਿਕ ਤਬਦੀਲੀ ਵਜੋਂ ਵੀ ਇਸ ਨੂੰ ਵੇਖਿਆ ਜਾ ਰਿਹਾ ਹੈ। ਜਦੋਂ ਨੌਜਵਾਨ ਵੱਡੀ ਗਿਣਤੀ ਵਿੱਚ ਪ੍ਰਵਾਸ ਕਰਦੇ ਨੇ ਤਾਂ
ਇਹ ਪਰਿਵਾਰਕ ਢਾਂਚੇ ਤੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਭਾਰਤ 'ਚ ਰਹਿ ਕੇ ਨੌਜਵਾਨ ਮਜ਼ਬੂਤ ਪਰਿਵਾਰਕ ਇਕਾਈਆਂ 'ਚ ਯੋਗਦਾਨ ਪਾਉਂਦੇ ਨੇ, ਸੱਭਿਆਚਾਰਕ ਸੰਬੰਧਾਂ ਨੂੰ ਬਰਕਰਾਰ ਰੱਖਦੇ ਨੇ ਤੇ ਭਾਈਚਾਰਕ ਅਤੇ ਖੇਤਰੀ ਵਿਕਾਸ ਵਿੱਚ ਹਿੱਸਾ ਲੈਂਦੇ ਨੇ। ਇਹ ਇੱਕ ਹੋਰ ਜੀਵੰਤ ਸਮਾਜ ਅਤੇ ਇੱਕ ਸਹਾਇਤਾ ਪ੍ਰਣਾਲੀ ਦੀ ਅਗਵਾਈ ਕਰ ਸਕਦਾ ਹੈ ਜੋ ਆਪਣੇ ਨੌਜਵਾਨਾਂ ਦੀ ਕਦਰ ਕਰਦਾ ਹੈ ਅਤੇ ਸਮਰਥਨ ਕਰਦਾ ਹੈ। ਇਕਸਾਰ ਬ੍ਰੇਨ ਡਰੇਨ ਨੇ ਭਾਰਤ ਦੇ ਨਵੀਨਤਾ ਖੇਤਰਾਂ ਨੂੰ ਇਤਿਹਾਸਿਕ ਤੌਰ ਤੇ ਪ੍ਰਭਾਵਿਤ ਕੀਤਾ ਹੈ। ਦੇਸ਼ ਦੇ ਅੰਦਰ ਹੁਨਰਮੰਦ ਨੌਜਵਾਨਾਂ ਨੂੰ ਰੱਖ ਕੇ ਭਾਰਤ ਨਾ ਸਿਰਫ ਆਪਣੇ ਬੌਧਿਕ ਸਰੋਤਾਂ ਨੂੰ ਵਧਾਉਂਦਾ ਹੈ, ਸਗੋਂ ਰਾਸ਼ਟਰੀ ਪਛਾਣ ਅਤੇ ਮਾਣ ਦੀ ਭਾਵਨਾ ਨੂੰ ਵੀ ਵਧਾਉਂਦਾ ਹੈ, ਕਿਉਂਕਿ ਨੌਜਵਾਨ ਪੇਸ਼ੇਵਰ ਦੇਸ਼ ਦੀ ਤਰੱਕੀ ਵਿੱਚ ਮੁੱਖ ਯੋਗਦਾਨ ਪਾਉਂਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 16 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਜ਼ਿਮਨੀ ਚੋਣਾਂ। ਕਲੋਵਰਡੇਲ ਲੈਂਗਲੀ ਸਿਟੀ ਰਾਈਡਿੰਗ ਦੀ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ। ਐਮਪੀ ਜੌਨ ਐਲਡੌਗ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ, ਜਿਸ ਉੱਤੇ ਹੁਣ ਮੁੜ 16 ਦਸੰਬਰ ਨੂੰ ਚੋਣਾਂ ਹੋਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕਲੋਵਰਡੇਲ ਐਂਗਲੀ ਸਿਟੀ ਰਾਈਡਿੰਗ ਤੇ ਐਮਪੀ ਦੀ ਜ਼ਿਮਨੀ ਚੋਣ 16 ਦਸੰਬਰ ਨੂੰ ਕਰਵਾਈ ਜਾਵੇਗੀ। ਇਹ ਸੀਟ ਐਮਪੀ ਜੌਨ ਐਲਡੌਗ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਹੈ। ਐਮਪੀ ਜੌਨ ਐਲਡੌਗ ਨੇ ਹਾਲ ਹੀ ਵਿੱਚ ਹੋਈਆਂ ਸੂਬਾਈ ਚੋਣਾਂ ਵਿੱਚ ਐਮਐਲਏ ਦੀ ਚੋਣ ਲੜਨ ਲਈ ਐਮਪੀ ਵਜੋਂ ਅਸਤੀਫਾ ਦਿੱਤਾ ਸੀ। ਐਮਪੀ ਜੌਨ ਐਲਡੌਗ 2015 ਤੋਂ 19 ਅਤੇ ਫਿਰ 2021 ਤੋਂ ਮਈ 2024 ਤੱਕ ਲਿਬਰਲ ਐਮਪੀ ਵਜੋਂ ਰਾਈਡਿੰਗ ਦੀ ਨੁਮਾਇੰਦਗੀ ਕਰ ਚੁੱਕੇ ਨੇ। ਐਲਡੌਗ ਲੈਂਗਲੀ ਐਪਸਫੋਰਡ ਰਾਈਡਿੰਗ ਤੋਂ ਪੰਜਾਬੀ ਮੂਲ ਦੇ ਕੰਜ਼ਰਵੇਟਿਵ ਉਮੀਦਵਾਰ ਹਰਮਨ ਭੰਗੂ ਖਿਲਾਫ਼ ਐਨਡੀਪੀ ਉਮੀਦਵਾਰ ਵਜੋਂ ਚੋਣ ਲੜੇ ਪਰ ਜਿੱਤ ਨਹੀਂ ਸਕੇ। ਕਲੋਵਰਡੇਲ ਲੈਂਗਲੀ ਸਿਟੀ ਸਰੀ ਸ਼ਹਿਰ ਦੇ ਨਾਲ ਨਾਲ ਲੈਂਗਲੀ ਸ਼ਹਿਰ ਨੂੰ ਕਵਰ ਕਰਦੀ ਹੈ। 2021 ਦੀ ਮਰਦਮਸ਼ੁਮਾਰੀ ਮੁਤਾਬਕ ਰਾਈਡਿੰਗ ਵਿੱਚ ਲਗਭਗ 1,30,000 ਵਸਨੀਕ ਸਨ। ਐਲਡੌਗ 2019 ਵਿੱਚ ਫੈਡਰਲ ਕੰਜ਼ਰਵੇਟਿਵਸ ਤੋਂ 1,500 ਤੋਂ ਘੱਟ ਵੋਟਾਂ ਨਾਲ ਹਾਰ ਗਏ ਸਨ, ਪਰ 2021 ਵਿੱਚ ਲਗਭਗ 1,650 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਦੱਸਣਯੋਗ ਹੈ ਕਿ ਲਿਬਰਲ ਪਾਰਟੀ ਨੂੰ ਟੋਰਾਂਟੋ ਅਤੇ ਮੌਂਟਰੀਅਲ ਦੀਆਂ ਜ਼ਿਮਨੀ ਚੋਣਾਂ ਵਿੱਚ ਅਪਮਾਨਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਲਿਬਰਲਾਂ ਦੀ ਗੜ ਰਹੀ ਇੱਕ ਮੌਂਟਰੀਅਲ ਇਲਾਕੇ ਦੀ ਰਾਈਡਿੰਗ ਸਤੰਬਰ ਦੌਰਾਨ ਬਲੌਕ ਕਿਊਬੇਕਵਾ ਦੀ ਝੋਲੀ ਪੈ ਗਈ ਸੀ। ਮੌਂਟਰੀਅਲ ਰਾਈਡਿੰਗ ਪਿਛਲੀ ਸਦੀ ਦੇ ਜ਼ਿਆਦਾਤਰ ਸਮੇਂ ਤੋਂ ਲਿਬਰਲਾਂ ਦੇ ਕੋਲ ਸੀ। ਜ਼ਿਮਨੀ ਚੋਣ ਵਿੱਚ ਲਸੈਲ ਐਮਾਰ ਵੋਰਡਨ ਰਾਈਡਿੰਗ ਤੋਂ ਬਲੌਕ ਉਮੀਦਵਾਰ ਲੂਈ ਫਿਲਿਪ ਸੋਵੀ ਨੇ ਲਿਬਰਲ ਉਮੀਦਵਾਰ ਲੌਰਾ ਪਲਸਤੀਨੀ ਨੂੰ ਹਰਾ ਕੇ ਬਾਜ਼ੀ ਮਾਰੀ। ਲਿਬਰਲਾਂ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ ਸੇਂਟ ਪੌਲਸ ਦੀ ਰਾਈਡਿੰਗ ਤੋਂ ਜੂਨ ਵਿੱਚ ਹੋਈ ਜ਼ਿਮਨੀ ਚੋਣ ਦੌਰਾਨ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਜਿੱਤ ਗਏ ਸਨ। ਇਹ ਸੀਟ ਪਿਛਲੇ 30 ਸਾਲ ਤੋਂ ਵੀ ਵੱਧ ਸਮੇਂ ਤੋਂ ਲਿਬਰਲਾਂ ਦੀ ਝੋਲੀ ਵਿੱਚ ਪੈਂਦੀ ਰਹੀ ਹੈ। 2011 ਦੀਆਂ ਫੈਡਰਲ ਚੋਣਾਂ ਦੌਰਾਨ ਜਦੋਂ ਲਿਬਰਲਾਂ ਦੇ ਸਿਰਫ 34 ਉਮੀਦਵਾਰ ਜਿੱਤੇ ਸਨ, ਉਦੋਂ ਵੀ ਭਾਵੇਂ ਘੱਟ ਅੰਕਾਂ ਨਾਲ ਹੀ ਸਹੀ ਟੋਰਾਂਟੋ ਸੇਂਟ ਪੌਲਸ ਦੀ ਸੀਟ ਲਿਬਰਲਾਂ ਕੋਲ ਹੀ ਗਈ ਸੀ। ਫੈਡਰਲ ਕੰਜ਼ਰਵੇਟਿਵਸ ਵੱਲੋਂ ਤਮਾਰਾ ਜੈਨਸਨ ਨੂੰ ਦੁਬਾਰਾ ਚੋਣ ਲੜਨਗੇ, ਜੋ ਕਿ 2019 ਤੋਂ 2021 ਦੌਰਾਨ ਰਾਈਡਿੰਗ ਦੀ ਨੁਮਾਇੰਦਗੀ ਕਰ ਚੁੱਕੇ ਨੇ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ 6 ਤੋਂ 9 ਦਸੰਬਰ ਦਰਮਿਆਨ ਐਡਵਾਂਸ ਵੋਟਿੰਗ ਹੋਵੇਗੀ, ਰਜਿਸਟਰਡ ਵੋਟਰ ਹੋਣ ਅਤੇ 10 ਦਸੰਬਰ ਦੇ ਵਿਚਾਲੇ ਇਲੈਕਸ਼ਨਜ਼ ਕੈਨੇਡਾ ਦੇ ਦਫ਼ਤਰ ਵਿੱਚ ਵੀ ਵੋਟ ਪਾ ਸਕਦੇ ਨੇ। ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀਆਂ ਰਿਪੋਰਟਾਂ ਦਰਮਿਆਨ ਕੈਨੇਡਾ ਵਿੱਚ 3,80,000 ਨਵੇਂ PR ਦਾ ਸਵਾਗਤ ਕੀਤਾ ਜਾ ਚੁੱਕਾ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 2,00,000 ਦੱਸੀ ਜਾ ਰਹੀ ਹੈ। ਸੌਖੀ ਭਾਸ਼ਾ 'ਚ ਕਹਿ ਦਈਏ ਤਾਂ 3,80,000 ਲੋਕਾਂ ਨੂੰ PR ਦੇ ਦਿੱਤੀ ਗਈ ਹੈ ਅਤੇ ਗ੍ਰੀਨ ਕਾਰਡ ਯਾਨੀ ਕਿ ਸਿਟੀਜ਼ਨਸ਼ਿਪ ਹਾਸਲ ਕਰਨ ਵਾਲੇ ਲੋਕਾਂ ਦੀ ਗਿਣਤੀ 2,00,000 ਦੱਸੀ ਜਾ ਰਹੀ ਹੈ।
ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀਆਂ ਰਿਪੋਰਟਾਂ ਦਰਮਿਆਨ ਕੈਨੇਡਾ ਵਿੱਚ 380,000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਜਾ ਚੁੱਕਾ ਹੈ ਅਤੇ ਸਿਟੀਜ਼ਨਸ਼ਿਪ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 2,00,000 ਦੱਸੀ ਜਾ ਰਹੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੀ ਵੈਬਸਾਈਟ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਸਟੱਡੀ ਵੀਜ਼ਾ ਦੀਆਂ 6,55,000 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਵਾਲੀਆਂ 9,74,000 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚ ਵਰਕ ਪਰਮਿਟ ਦੀ ਮਿਆਦ ਵਧਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਨੇ। ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਦੇ ਅੰਤ ਤੱਕ 24,50,000 ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿੱਚੋਂ ਤਕਰੀਬਨ 11,00,000 ਅਰਜ਼ੀਆਂ ਬਾਰੇ ਫੈਸਲਾ ਲੈਣ ਦੀ ਤੈਅਸ਼ੁਦਾ ਹੱਦ ਲੰਘ ਚੁੱਕੀ ਸੀ। ਕੈਨੇਡਾ ਅਤੇ ਭਾਰਤ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਸ ਕੱਢਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਵਧਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ। ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 7.6% ਵਾਧੇ ਨਾਲ 10,78,000 ਤੇ ਪਹੁੰਚ ਗਿਆ ਅਤੇ ਸਤੰਬਰ ਵਿੱਚ ਵੀ ਇਹ ਅੰਕੜਾ ਤਕਰੀਬਨ 11,00,000 ਦੱਸਿਆ ਗਿਆ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਉਹਨਾਂ ਅਰਜ਼ੀਆਂ ਨੂੰ ਬੈਕਲੌਗ ਵਿੱਚ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰੋਸੈਸਿੰਗ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਨਹੀਂ ਕੀਤੀ ਜਾਂਦੀ। ਇਮੀਗ੍ਰੇਸ਼ਨ ਵਿਭਾਗ ਮੁਤਾਬਕ 80% ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਤੈਅ ਸਮਾਂ ਹੱਦ ਦੇ ਅੰਦਰ ਕੀਤੀ ਜਾ ਰਹੀ ਹੈ ਅਤੇ ਬਾਕੀ 20% ਅਰਜ਼ੀਆਂ ਨੂੰ ਗੁੰਝਲਦਾਰ ਮੰਨਦਿਆਂ ਵਾਧੂ ਸਮੇਂ ਦੀ ਜ਼ਰੂਰਤ ਪੈ ਰਹੀ ਹੈ। ਆਰਜ਼ੀ ਵੀਜ਼ਾ ਲਈ ਮੌਜੂਦਾ ਵਰ੍ਹੇ ਦੌਰਾਨ ਪੁੱਜੀਆਂ 14,00,000 ਤੋਂ ਵੱਧ ਅਰਜ਼ੀਆਂ ਵਿੱਚੋਂ 6,58,000 ਦਾ ਸਮਾਂ ਰਹਿੰਦੇ ਨਿਪਟਾਰਾ ਕਰ ਦਿੱਤਾ ਗਿਆ ਜਦਕਿ ਪਰਮਾਨੈਂਟ ਰੈਜ਼ੀਡੈਂਸੀ ਦੀਆਂ 8,16,000 ਅਰਜ਼ੀਆਂ ਵਿੱਚੋਂ 5,10,000 ਦਾ ਤੈਅਸ਼ੁਦਾ ਸਮਾਂ ਹੱਦ ਤੱਕ ਨਿਪਟਾਰਾ ਕੀਤਾ ਗਿਆ। ਇਸ ਤਰ੍ਹਾਂ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਆਈਆਂ 2,23,000 ਅਰਜ਼ੀਆਂ ਵਿੱਚੋਂ 1,85,000 ਦੀ ਪ੍ਰੋਸੈਸਿੰਗ ਸਮੇਂ ਸਿਰ ਸੰਭਵ ਬਣਾਈ ਜਾ ਸਕੀ। ਵੱਖ ਵੱਖ ਰਿਪੋਰਟਾਂ ਮੁਤਾਬਕ ਐਕਸਪ੍ਰੈਸ ਐਂਟਰੀ ਨਾਲ ਸੰਬੰਧਿਤ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵਿੱਚ ਅਰਜ਼ੀਆਂ ਦਾ ਬੈਕਲੌਗ 22% ਦੱਸਿਆ ਜਾ ਰਿਹਾ ਹੈ ਜਦਕਿ ਸਪਾਊਸ ਵੀਜ਼ਾ ਦੇ ਮਾਮਲੇ ਵਿੱਚ ਸਭ ਤੋਂ ਘੱਟ 14% ਬੈਕਲੌਗ ਦੱਸਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਪਿਛਲੇ ਦਿਨੀ ਵਿਜ਼ਟਰ ਵੀਜ਼ਾ ਅਧੀਨ ਮਲਟੀਪਲ ਐਂਟਰੀ ਵਾਲਾ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਹੁਣ ਜ਼ਿਆਦਾਤਰ ਵਿਜ਼ਟਰ ਵੀਜ਼ੇ ਸਿੰਗਲ ਐਂਟਰੀ ਵਾਲੇ ਹੀ ਜਾਰੀ ਕੀਤੇ ਜਾਣਗੇ। ਦੂਜੇ ਪਾਸੇ ਸਟੱਡੀ ਵੀਜ਼ਾ ਦਾ ਫਾਸਟ ਟਰੈਕ ਪ੍ਰੋਗਰਾਮ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦ ਕੀਤਾ ਜਾ ਚੁੱਕਾ ਹੈ ਜਿਸ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ ਤੇ ਪੈਣ ਦੀ ਸੰਭਾਵਨਾ ਹੈ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ। 18 ਕੈਰਟ 1 ਤੋਲਾ ਸੋਨੇ ਦੀ ਕੀਮਤ 677.9 ਕੈਨੇਡੀਅਨ ਡਾਲਰ ਹੈ। 22 ਕੈਰਟ 1 ਤੋਲਾ ਸੋਨੇ ਦੀ ਕੀਮਤ 832.8 ਕੈਨੇਡੀਅਨ ਡਾਲਰ ਹੈ। 24 ਕੈਰਟ 1 ਤੋਲਾ ਸੋਨੇ ਦੀ ਕੀਮਤ 929.6 ਕੈਨੇਡੀਅਨ ਡਾਲਰ ਹੈ। ਭਾਰਤੀ ਰੁਪਈਆਂ 'ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ 40,600 ਰੁਪਈਏ ਹੈ। 22 ਕੈਰਟ 1 ਤੋਲਾ ਸੋਨੇ ਦੀ ਕੀਮਤ 39,877 ਰੁਪਈਏ ਹੈ। 24 ਕੈਰਟ 1 ਤੋਲਾ ਸੋਨੇ ਦੀ ਕੀਮਤ 55,674 ਰੁਪਈਏ ਹੈ। ਜਾਂਦੇ ਜਾਂਦੇ ਜ਼ਿਕਰ ਕਰ ਲੈਂਦੇ ਹਾਂ ਕੈਨੇਡੀਅਨ ਡਾਲਰ ਦਾ। ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ 59 ਭਾਰਤੀ ਰੁਪਈਏ ਅਤੇ 95 ਭਾਰਤੀ ਪੈਸੇ ਦੇ ਬਰਾਬਰ ਹੈ। ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।